ਗੁਰਦਾਸਪੁਰ ਦੇ ਪਿੰਡ ਰਗੜ ਨੰਗਲ ਦੇ ਰਹਿਣ ਵਾਲੇ 6 ਨੌਜਵਾਨ ਦੋਖੇ ਪਾਸ ਮਹਿਲਾ ਟ੍ਰੈਵਲ ਏਜੰਟ ਦੇ ਮਾਇਆ ਜਾਲ ਚ ਆ ਕੇ ਦੁਬਈ ਚ ਫਸ ਗਏ ਸਨ, ਜਿਨ੍ਹਾਂ ਦੀ ਖਬਰ ਚੈਨਲ ਚ ਦਿਖਾਈ ਗਈ ਅਤੇ ਖਬਰ ਦਾ ਅਸਰ ਇਹ ਹੋਇਆ ਕਿ ਖਬਰ ਦਿਖਾਣ ਤੋਂ ਬਾਅਦ ਹੀ ਦੁਬਈ ਚ ਰਹਿਣ ਵਾਲੇ ਪੰਜਾਬੀ ਟਰਾਂਸਪੋਰਟਰ ਨੌਜਵਾਨਾਂ ਦੀ ਮਦਦ ਦੇ ਲਈ ਸਾਹਮਣੇ ਆਇਆ ਅਤੇ ਨੌਜਵਾਨਾਂ ਨੂੰ ਵਾਪਸ ਭਾਰਤ ਭੇਜਣ ਦਾ ਇੰਤਜ਼ਾਮ ਕਰ ਨੌਜਵਾਨਾਂ ਦੀ ਘਰ ਵਾਪਸੀ ਕਰਵਾਈ। ਉੱਥੇ ਨੌਜਵਾਨ ਹੁਣ ਆਪਣੇ ਘਰ ਪਹੁੰਚ ਗਏ ਨੇ ਅਤੇ ਉਹਨਾਂ ਨੇ ਪੁਲਿਸ ਜ਼ਿਲ੍ਹਾ ਬਟਾਲਾ 'ਚ ਟ੍ਰੈਵਲ ਏਜੰਟ ਮਹਿਲਾ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ। ਤੇ ਮੈਨੂੰ ਰਣਜੀਤ ਕੌਰ ਬਾਠ ਜਿਹੜੀ ਬਿਆਸ ਦੀ ਰਹਿਣ ਵਾਲੀ ਆ ਉਹਨੇ ਦੁਬਈ ਘੱਲਿਆ ਸੀ, ਮਤਲਬ ਇਹ ਝਾਸਾ ਦੇ ਕੇ ਵੀ ਤੁਹਾਨੂੰ ਉੱਥੇ ਫੂਡ ਪੈਕਿੰਗ ਦਾ ਕੰਮ ਮਿਲੂਗਾ ਅਤੇ ਨਾਲ ਰੋਟੀ ਪਾਣੀ ਤੁਹਾਨੂੰ ਰਿਹਾਇਸ਼ ਸਭ ਕੁਝ ਉੱਥੇ ਮਿਲੂਗਾ ਅਤੇ ਸਾਨੂੰ ਉੱਥੇ ਕੁਝ ਨਹੀਂ ਮਿਲਿਆ, ਨਾ ਸਾਨੂੰ ਕੋਈ ਗਾੜੀਓਂ ਲੈਣ ਆਇਆ ਵਾ। 19 ਮੁੰਡੇ ਆ ਅਸੀਂ ਅਤੇ 19 ਨੇ ਉਹਨੇ ਉੱਥੇ ਫਸਾ ਕੇ ਸੁੱਟਤੇ ਅਤੇ ਮਤਲਬ ਸਾਡੀ ਕੋਈ ਕਿਸੇ ਨੇ ਉੱਥੇ ਹੈਲਪ ਨਹੀਂ ਕੀਤੀ। ਜਿਹੜਾ ਗਾੜੀ ਨੰਬਰ ਦਿੱਤਾ ਸੀ ਉਹ ਵੀ ਟੂਰਿਸਟ ਸੀ ਅਤੇ ਉਹ ਵੀ ਟੂਰਿਸਟ ਹੋ, ਮਤਲਬ ਵੀ ਉਹਨੇ ਵੀ ਇਹੋ ਜਿਹੀ ਕਾਰਵਾਈ ਨਹੀਂ, ਉਹਦੀ ਤਾਂ ਉਹਦੀ ਅਸੀਂ ਕਾਰਵਾਈ ਕੀਤੀ ਅਤੇ ਉਹਦੇ ਕੋਲ ਕੋਈ ਉਹਦਾ ਲਾਇਸੈਂਸ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅਤੇ ਇਹਦੇ ਕਰਕੇ ਉੱਥੇ ਫਿਰ ਉਹਨਾਂ ਨੇ ਇੱਕ ਬੇਅੰਤ ਭਾਅ ਜੀ ਉਹਨਾਂ ਨੇ ਸਾਡੀ ਹੈਲਪ ਕੀਤੀ ਆ, ਉਹਦੇ ਉਹਨਾਂ ਦੀ ਹੈਲਪ ਕਰਨ ਦੇ ਬਾਅਦ ਉਹਨਾਂ ਨੇ ਫਿਰ ਸਾਨੂੰ ਟਿਕਟਾਂ ਕਰਾ ਦਿੱਤੀਆਂ ਅਤੇ ਉਸ ਤੋਂ ਬਾਅਦ ਇੱਥੇ ਆਏ ਅਸੀਂ। ਸਾਨੂੰ ਇੰਨੀ ਬੜੀ ਖੁਸ਼ੀ ਸਾਡੇ ਬੱਚੇ ਸਹੀ ਸਲਾਮਤ ਆ ਗਏ ਆ ਅਤੇ ਬਾਕੀ ਉੱਥੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹਨੇ ਸਾਨੂੰ ਧੋਖਾ ਦਿੱਤਾ ਵਾ। ਬੱਚਿਆਂ ਨੂੰ ਇੰਨੇ ਦਿਨ ਪਰੇਸ਼ਾਨੀ ਆਈ ਆ, ਨਾ ਉਹਨਾਂ ਨੂੰ ਕੋਈ ਰੋਟੀ ਪਾਣੀ, ਨਾ ਕੋਈ ਲੈਣ ਨਾ ਦੇਣ, ਰਹਿਣ ਨੂੰ ਕੋਈ ਸਹੂਲਤ ਨਹੀਂ ਉੱਥੇ ਮਿਲੀ, ਸੜਕਾਂ 'ਤੇ ਰਾਤ ਕੱਟੀ ਇਹਨਾਂ ਅਤੇ ਬਾਕੀ ਜਿਹੜੇ ਜਿੰਨੇ ਬੰਦੇ ਇਹਨਾਂ ਦੇ ਪੈਸੇ ਜਿਹੜੇ ਵਾਪਸ ਕੀਤੇ ਜਾਣ, ਸਾਰਿਆਂ ਨੇ ਵਿਆਜੀ ਚੁੱਕ ਕੇ ਪੈਸੇ ਦਿੱਤੇ ਆ ਅਤੇ ਉੱਥੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਪੀ ਏ ਕਹਿ ਕੇ ਕਿ ਉੱਥੇ ਇੱਕ ਕੰਪਨੀ ਬਾਰੇ ਇਹਨਾਂ ਦੱਸਿਆ ਸੀ ਕਿ ਉੱਥੇ ਤੁਹਾਨੂੰ ਨੌਕਰੀ ਲਵਾ ਦਾਂਗੇ, ਲੇਕਿਨ ਉਹ ਕੰਪਨੀ ਜਿਹੜੀ ਆ ਜਾ ਕੇ ਸਾਨੂੰ ਪਤਾ ਲੱਗਾ ਕਿ ਉਹ ਕੰਪਨੀ ਉੱਥੇ ਹੈ ਨਹੀਂ ਸੀਗੀ। ਇਸ ਸੰਬੰਧੀ ਇਹਨਾਂ ਨੇ ਕੰਪਲੇਂਟ ਦਿੱਤੀ ਆ, ਜਿਸ ਸੰਬੰਧੀ ਅਸੀਂ ਜਿਹੜੀ ਆ ਇਹਦੀ ਇਨਕੁਆਇਰੀ ਕਰ ਲਈ ਆਪਣੇ ਇੰਚਾਰਜ ਐਂਟੀ ਹਿਊਮਨ ਟਰੈਫਿਕਿੰਗ ਸੈੱਲ ਨੂੰ ਮਾਰਕ ਕਰ ਦਿੱਤੀ ਹੈ। ਜੋ ਵੀ ਇਹਦੇ ਵਿੱਚ ਗੱਲ ਸਾਹਮਣੇ ਆਊਗੀ ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।